ਪੰਜਾਬ ਦਾ ਕਿਸਾਨ ਜਿੱਥੇ ਪੂਰੇ ਮੁਲਕ ਦੀਆਂ ਗਿਜ਼ਾਈ ਜ਼ਰੂਰਤਾਂ ਪੂਰੀਆਂ ਕਰਦਾ ਹੈ, ਉੱਥੇ ਹੀ ਹਕੂਮਤ ਦੀਆਂ ਇਮਤਿਆਜ਼ੀ ਪਾਲਿਸੀਆਂ ਦਾ ਮੁਕਾਬਲਾ ਵੀ ਕਰ ਰਿਹਾ ਹੈ। ਤੱਤੀਆਂ ਤੁੱਪਾਂ ਤੇ ਠਰ ਦੀਆਂ ਰਾਤਾਂ ਵਿੱਚ ਆਪਣੇ ਟੱਗੇ ਵਾਹੁੰਦਾ ਇਹ ਕਿਸਾਨ ਉਦੋਂ ਕੀ ਕਰੇ ਜਦ ਉਹਦੀ ਮਿਹਨਤ ਸੁਬਾਈਅਤ ਦੀ ਤਕੜੀ ਵਿੱਚ ਤੋਲੀ ਜਾਂਦੀ ਹੈ। ਆਪਣੀਆਂ ਕਣਕਾਂ ਦੀ ਰਾਖੀ ਕਰਦਾ ਪੰਜਾਬ ਦਾ ਕਿਸਾਨ ਅੱਜ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੈ ਕਿ ਉਹਦੀ ਕਣਕ ਦਾ ਰੇਟ ਤੇ 1650 ਰੁਪਏ ਮੁਕਰਰ ਹੈ, ਜਦਕਿ ਸਿੰਧ ਦੇ ਕਿਸਾਨ ਦੀ ਕਣਕ ਦਾ ਰੇਟ 2000 ਰੁਪਏ ਫੀ ਮਣ ਮੁਕਰਰ ਕੀਤਾ ਗਿਆ ਹੈ। ਪੰਜਾਬੀ ਕਿਸਾਨ ਸਵਾਲ ਕਰ ਰਿਹਾ ਹੈ ਕਿ ਕੀ ਸਿੰਧੀ ਕਿਸਾਨ ਭਰਾ ਜ਼ਰਈ ਮੁਦਾਖਲ ਦੀ ਕੀਮਤ ਉਹਦੇ ਤੋਂ ਵੱਧ ਅਦਾ ਕਰਦੇ ਨੇ? ਕੀ ਉਹਨਾਂ ਭਰਾਵਾਂ ਨੂੰ ਪੰਜਾਬੀ ਕਿਸਾਨ ਤੋਂ ਵੱਧ ਕੀਮਤ ਉੱਤੇ ਖਾਦ, ਡੀਜ਼ਲ ਤੇ ਬਿਜਲੀ ਮਿਲਦੀ ਹੈ? ਜੇ ਨਹੀਂ ਤੇ ਫਿਰ ਦੋ ਸੂਬਿਆਂ ਵਿੱਚ ਫਸਲ ਦੇ ਰੇਟ ਵੱਖੋ ਵੱਖ ਕਿਉਂ ਨੇ? ਪੰਜਾਬ ਦਾ ਕਿਸਾਨ ਆਪਣੇ ਸਿੰਧੀ, ਪਠਾਨ ਤੇ ਬਲੋਚ ਭਰਾਵਾਂ ਦਾ ਭਲਾ ਚਾਹੁੰਦਾ ਹੈ, ਪਰ ਉਹਦਾ ਸ਼ਿਕਵਾ ਹੈ ਕਿ ਉਹਦੀ ਫਸਲ ਦਾ ਮੁੱਲ ਘਟਾ ਕੇ ਉਹਦੇ ਨਾਲ ਜ਼ਿਆਦਤੀ ਨਾ ਕਰੋ। ਫਸਲ ਦਾ ਮੁੱਲ ਪੂਰੇ ਮੁਲਕ ਵਿੱਚ ਇੱਕ ਹੋਵੇਗਾ ਤਾਂ ਹੀ ਮੁਲਕ ਤਰੱਕੀ ਕਰੇਗਾ। ਤੇ ਜੇ ਤੁਸੀਂ ਕਣਕ ਦੇ ਦਾਣਿਆਂ ਨੂੰ ਵੀ ਸਿੰਧੀ ਤੇ ਪੰਜਾਬੀ ਤਕੜੀਆਂ ਵਿੱਚ ਤੋਲੋਗੇ ਤੇ ਫਿਰ ਆਮ ਕਿਸਾਨ ਮਾਯੂਸ ਨਾ ਹੋਵੇ ਤੇ ਕੀ ਕਰੇ?